Our decision reflects two main considerations. First, headline and core inflation have continued to ease as expected. And second, as inflation gets closer to the target, we want to see economic growth pick up to absorb the slack in the economy so inflation returns sustainably to the 2% target. ਗਵਰਨਰ ਟਿਫ ਮੈਕਲਮ ਦਾ ਕਹਿਣਾ ਹੈ ਕਿ ਜੁਲਾਈ ਵਿੱਚ ਮਹਿੰਗਾਈ ਦਰ 2.5% ਤੱਕ ਹੇਠਾਂ ਆਉਣ ਕਾਰਨ ਵਿਆਜ ਦਰਾਂ ਵਿੱਚ ਕਟੌਤੀ ਦੀ ਜ਼ਰੂਰਤ 'ਤੇ ਸਹਿਮਤੀ ਦਿੱਤੀ ਗਈ ਸੀ ਅਤੇ ਕੇਂਦਰੀ ਬੈਂਕ ਘੱਟ ਉਤਪਾਦਕਤਾ ਅਤੇ ਆਰਥਿਕ ਵਿਕਾਸ ਨੂੰ ਵੀ ਧਿਆਨ ਵਿੱਚ ਰੱਖ ਰਿਹਾ ਹੈ With inflation getting closer to the target, we need to increasingly guard against the risk that the economy is too weak and inflation falls too much. ਬੈਂਕ ਆਫ ਕੈਨੇਡਾ ਨੇ ਬੇਰੁਜ਼ਗਾਰੀ ਦੇ ਦਰ ਵਿੱਚ ਵਧਾਵੇ ਨੂੰ ਮੱਦੇਨਜ਼ਰ ਰੱਖਦੇ ਹੋਇਆਂ ਕਿਹਾ ਕਿ ਇਸ ਨਾਲ ਜ਼ਿਆਦਾਤਰ ਨੌਜਵਾਨ ਅਤੇ ਕੈਨੇਡਾ ਵਿੱਚ ਨਵੇਂ ਆਏ ਲੋਕ ਪ੍ਰਭਾਵਿਤ ਹੋ ਰਹੇ ਹਨ The Canadian economy is at a point where it's having trouble absorbing the number of workers into the job rate. So, you know, we haven't seen a big increase in unemployment, but we have seen vacancies come down and we are seeing the unemployment rate tick up a bit. So it will be important that sort of influx of labor supply starts to sort of match our ability to absorb it. Deputy Governor Carolyn Rogers ne keha ki bank federal sarkar vallon immigration vich liandiyan ja rahiyan tabdiliyan te vi dhyan de reha hai. Unna keha ki abadi de vadan karan Canada di economy te vadda prabhav paya hai. Bank of Canada halanki vyaj daran vich hor katauti kar sakda hai jekar umeed anusar inflation ghatdi rahi ate aarthik vikas You know, if we need to take a bigger step, we're prepared to take a bigger step. At this point, 25 basis points looked appropriate. ਇਸ ਸਾਲ ਜੂਨ ਅਤੇ ਜੁਲਾਈ ਵਿੱਚ ਵੀ ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਵਿੱਚ ਕਟੌਤੀ ਕੀਤੀ ਗਈ ਸੀ ਪਰ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇਹਨਾਂ ਤਬਦੀਲੀਆਂ ਦਾ ਅਸਰ ਹਾਊਸਿੰਗ ਮਾਰਕੀਟ ਅਤੇ ਰੋਜ਼ਮਰ੍ਹਾ ਦੀਆਂ ਚੀਜ਼ਾਂ ਦੀਆਂ ਕੀਮਤਾਂ 'ਤੇ ਕਿੰਨਾ ਕੁ ਨਜ਼ਰ ਆ ਸਕਦਾ ਹੈ ਦੇਖੋ ਇਹ ਸ਼ੁਰੂਆਤ ਚੰਗੀ ਆ ਹਜੇ ਇਹ ਨਹੀਂ ਕਹਿ ਸਕਦੇ ਕਿ ਆਪਾਂ ਅਖੀਰ ਤੱਕ ਪਹੁੰਚ ਗਏ ਸ਼ੁਰੂਆਤ ਆ ਕਿਉਂਕਿ ਬਹੁਤ ਜ਼ਿਆਦਾ ਇੰਟਰਸਟ ਜੇ ਤੁਸੀਂ 0.25 ਲਓ ਇੱਕ ਐਵਰੇਜ ਜਿਹੜਾ ਘਰ ਆ ਉਹਦਾ 0.25 ਨਾਲ 30-40,000 ਇੰਟਰਸਟ ਤੁਸੀਂ ਆਪਣਾ ਫਰਕ ਪੈਂਦਾ ਆ ਜੇ 0.25 ਡਿਕਰੀਜ਼ ਹੋਵੇ ਤਾਂ ਤੁਹਾਡਾ 30-40,000 ਬਚਦਾ ਆ ਸੋ ਇਹ ਸਟਾਰਟ ਗੁੱਡ ਆ ਬਟ ਹਜੇ ਅਖੀਰ ਤੱਕ ਨਹੀਂ ਪਹੁੰਚੇ ਹਜੇ ਰਾਈਡ ਥੋੜ੍ਹੀ ਇੱਦਾਂ ਆ ਅਤੇ ਹੋਪਫੁਲੀ ਇਹ ਘਟੇਗਾ 3.5 ਤੱਕ ਹੋਏਗਾ ਹਾਊਸਿੰਗ ਮਾਰਕੀਟ ਹੋਰ ਅਫੋਰਡੇਬਲ ਹੋਊਗੀ ਨੈਕਸਟ ਸਪ੍ਰਿੰਗ ਤੱਕ ਮਾਰਗੇਜ ਕੰਸਲਟੈਂਟ ਨੇ ਕਿਹਾ ਕਿ ਇੰਟਰਸਟ ਰੇਟ ਦੇ ਘਟਦੇ ਹੋਏ ਇਸ ਦੌਰ ਵਿੱਚ ਘਰ ਖਰੀਦਣ ਵਾਲੇ ਨਵੇਂ ਖਰੀਦਦਾਰਾਂ ਲਈ ਇਹ ਚੰਗੀ ਖਬਰ ਹੈ ਅਤੇ ਇਸ ਸਾਲ ਅਤੇ ਆਉਣ ਵਾਲੇ ਸਾਲ ਵਿੱਚ ਇੰਟਰਸਟ ਰੇਟਸ ਦੇ ਹੋਰ ਡਿੱਗਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਗੁਰਮਿੰਦਰ ਦਾ ਕਹਿਣਾ ਹੈ ਕਿ ਹਾਲਾਂਕਿ ਜੀਵਨ ਜਿਉਣ ਦੀ ਲਾਗਤ ਵੀ ਘਟੇਗੀ ਪਰ ਇਸ ਨੂੰ 1-2 ਸਾਲ ਦਾ ਸਮਾਂ ਲੱਗ ਸਕਦਾ ਹੈ ਇਹਦਾ ਫਰਕ 1-2 ਸਾਲ 'ਚ ਪੈਂਦਾ ਜਿਹੜੀ ਆਪਣੀ ਨੋਰਮਲ ਚੀਜ਼ਾਂ ਆ ਇੰਟਰਸਟ ਰੇਟ ਤਾਂ ਨਾਲ ਹੀ ਪੈ ਜਾਂਦਾ ਸੋ ਬਾਕੀ ਨੋਰਮਲ ਜਿਹੜੀ ਆਪਣੀਆਂ ਚੀਜ਼ਾਂ ਜਿੱਦਾਂ ਨੋਰਮਲ ਖਰਚੇ ਹੋ ਗਏ ਉਹ 'ਚ 1-2 ਸਾਲ ਲੱਗ ਜਾਣਗੇ ਇਹ ਚੇਂਜਸ ਇਹਨਾਂ ਦਾ ਆਏਗਾ ਬਟ ਹੋਪਫੁਲੀ ਹੁਣ ਐਕਸਪੈਕਟ ਆ ਕਿ 2 ਸਾਲ ਤੱਕ ਥੋੜ੍ਹੀ ਜਿਹੀ ਬੈਟਰ ਹੋਏਗੀ ਜਿਹੜੀ ਨੋਰਮਲ ਹਾਊਸ ਹੋਲਡ ਦੀ ਜ਼ਿੰਦਗੀ ਥੋੜ੍ਹੀ ਬੈਟਰ ਹੋਏਗੀ ਸੁਖਪ੍ਰੀਤ ਕੌਰ ਓਮਨੀ ਨਿਊਜ਼ ਟੋਰੋਂਟੋ